ਨਹੀਂ ਰਿਹਾ ਤਾਂ ਮੇਰਾ ਕਿਸੇ ਵੀ ਪਾਰਟੀ ਨਾਲ ਤੁਸੀਂ ਕਿਸੇ ਉੱਪਰ ਹੁਣ ਜਿਹੜੇ ਵਿਧਾਨ ਸਭਾ ਇਲੈਕਸ਼ਨ ਸੀ ਅਸੀਂ ਦਵਿੰਦਰ ਬਬਲੀ ਜੀ ਦੀ ਮਦਦ ਕੀਤੀ ਸਾਡਾ ਪਿੰਡ ਦੇ ਵਿੱਚ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਆ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਉਹਨਾਂ ਦੀ ਮਦਦ ਕੀਤੀ ਪਰ ਅੱਜ ਉਹ ਜੇ ਕਿਸਾਨਾਂ ਦੇ ਹੱਕ 'ਚ ਨਹੀਂ ਖੜੇ ਤਾਂ ਅਸੀਂ ਉਹਦਾ ਵਿਰੋਧ ਵੀ ਕਰ ਰਹੇ ਹਾਂ ਅਤੇ ਇੱਦਾਂ ਹੀ ਕਰਦੇ ਰਵਾਂਗੇ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਜੋ ਕਿਸਾਨਾਂ ਲਈ ਸੋਚੂਗਾ ਜੋ ਕਿਸਾਨਾਂ ਦੀ ਆਵਾਜ਼ ਚੱਕੂਗਾ ਅਸੀਂ ਉਹਦਾ ਸਾਥ ਦੇਵਾਂਗੇ अच्छा ऐसा रमनदीप जी आपको लेकर भी बात होती है फिर आप मतलब सबसे आगे रमनदीप रमी ही क्यों मिलता है जैसे कई बार संगठनों का वो होता है तो आप सबसे आगे क्यों मिलते हैं नहीं आगे नहीं मिलता जी मैं तो ना दूसरे संगठनों के कंधे नाल कंधा मिला के चलने वाला बंदा जो साडे शहीद भगत सिंह किसान यूनियन जिहड़ी असी बनाई आ 12 पिंडां ने शुरुआत करके बनाई सीगी इहदे च इक ने निरोल किसान जथेबंदी आ एक सब तो मेन गल असी आपदी यूनियन का प्रधान नहीं रखा जे मेरे मन च कोई लालच हुंदा जां कुछ भी हुंदा तां मैं आपदी यूनियन बना के खुद प्रधान बन के जिवें हर कोई राष्ट्रीय प्रधान बन जांदा कोई राष्ट्रीय सचिव बन जांदा कुछ ना कुछ पर असी नहीं असी एक जथेबंदी बना के प्रधान ना रख के प्रधान का पद ही खत्म कर दिया प्रधान का पद ही खत्म कर दिया क्योंकि कई बार हुंदा है जी एक बंदा ही हैड बन जा दूसरे नूं सारयां दीआं भावनावां कैश करके किसी का सौदा कर जांदा आपां देखदे आं अगे पिछे अगे चलदा रहना ਤਾਂ ਜੇ ਕੋਈ ਲਾਲਚ ਹੁੰਦਾ ਤਾਂ ਉਹ ਪ੍ਰਧਾਨ ਦਾ ਪਦ ਨਾ ਖਤਮ ਹੁੰਦਾ ਅਤੇ ਅਸੀਂ ਉਹਦੇ ਵਿੱਚ ਇੱਕ ਸਲਾਹਕਾਰ ਵਿੰਗ ਰੱਖਿਆ ਜਿਹਦੇ 'ਚ ਅਸੀਂ ਹਰੇਕ ਪਿੰਡ ਤੋਂ ਦੋ ਦੋ ਜੋ ਚੰਗੇ ਆਈਡੀਓਲੋਜੀ ਵਾਲੇ ਆ ਪੜ੍ਹੇ ਲਿਖੇ ਨੌਜਵਾਨ ਹੈ ਚਾਹੇ ਬਜ਼ੁਰਗ ਹੈ ਅਸੀਂ ਉਹਨਾਂ ਨੂੰ ਵਿੱਚ ਰੱਖ ਕੇ ਸਾਰੇ ਸਲਾਹ ਨਾਲ ਜੋ ਵੀ ਅਸੀਂ ਸਲਾਹ ਬਣਾਉਂਦੇ ਹਾਂ ਉਸ 'ਤੇ ਅਸੀਂ ਚੱਲਦੇ ਹਾਂ ਅਤੇ ਇੱਕ ਅਸੀਂ ਹੋਰ ਵੀ ਅਸੀਂ ਆਪਦੀ ਯੂਨੀਅਨ ਵੱਲੋਂ ਕੋਈ ਪ੍ਰੋਗਰਾਮ ਨਹੀਂ ਉਲੀਕਦੇ ਹੈਗੇ ਅਸੀਂ ਜੋ 250 ਕਿਸਾਨ ਸੰਗਠਨਾਂ ਦਾ ਅਖਿਲ ਭਾਰਤੀ ਕਿਸਾਨ ਸੰਘਰਸ਼ ਸਮੰਨਿਆ ਸਮਿਤੀ ਵੱਲੋਂ ਜੋ ਸੈਂਟਰ ਦੀ ਕਾਲ ਆਉਂਦੀ ਆ ਅਸੀਂ ਉਸੇ 'ਤੇ ਪਹਿਰਾ ਦਿੰਦੇ ਹਾਂ ਅਤੇ ਸਾਰੇ ਸੰਗਠਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ 'ਚ ਯਕੀਨ ਰੱਖਦੇ ਹਾਂ ਅੱਛਾ ਰੰਮੀ ਜੀ ਜਿਵੇਂ ਤੁਸੀਂ ਇੱਥੇ ਆਏ ਹੋ ਸਾਰੇ ਆਪਣਾ ਧਰਨਾ ਚੱਲਿਆ ਹੋਇਆ ਅਤੇ ਕਿਸਾਨ ਕੋਈ ਨਜ਼ਰ ਹੀ ਨਹੀਂ ਆ ਰਿਹਾ ਇੱਥੇ ਕਿ ਐਂ ਤੁਹਾਨੂੰ ਲੱਗਦਾ ਕਿ ਜੋ ਕਹਿ ਰਹੇ ਰਾਜਨੀਤੀ ਉਹ ਸੱਚੀ ਗੱਲ ਹੋ ਕਿਉਂਕਿ ਇੱਥੇ ਕਿਸਾਨ ਹੈ ਜਿਸਨੇ ਆਪਣੇ ਪਿੰਡ ਆਸ ਪਾਸ ਦੇ ਇਹਨਾਂ ਦੇ ਕੋਈ ਕਿਸਾਨ ਨਹੀਂ ਨਜ਼ਰ ਆ ਰਹੇ ਨਹੀਂ ਕਿਸਾਨ ਜੀ ਅਜੇ 11:30 ਵਜੇ ਦਾ ਟਾਈਮ ਸੀ 12 ਤੋਂ ਲੈ ਕੇ 4 ਤੱਕ ਜਿਹੜਾ ਚੱਕਾ ਜਾਮ ਦਾ ਸੈਂਟਰ ਦੀ ਕੋਲ ਹੈ ਉਸ 'ਤੇ ਕਿਸਾਨ ਇੱਕ ਦਾ ਪਹਿਲਾਂ ਜੀਰੀ ਦਾ ਸਿਸਟਮ ਸੀ ਹੁਣ ਬਿਜਾਈ ਦੇ ਵਿੱਚ ਕਣਕ ਬਿਜਾਈ ਦੇ ਵਿੱਚ ਲੱਗੇ ਹੋਏ ਆ ਕਿਸਾਨ ਕਿਸਾਨ ਤੁਸੀਂ ਪਿੱਛੇ ਦੇਖ ਸਕਦੇ ਹੋ ਜਦੋਂ ਆਹ ਸੀਜ਼ਨ ਤੋਂ ਪਹਿਲਾਂ ਜਿੰਨੇ ਵੀ ਪ੍ਰੋਗਰਾਮ ਹੋਏ ਆ ਚਾਹੇ ਵਿਧਾਇਕ ਜੀ ਤੋਂ ਅਸਤੀਫਾ ਮੰਗਣ ਦੀ ਗੱਲ ਹੈ ਚਾਹੇ ਸਿਰਸਾ ਰੈਲੀ ਸੀ ਉਹ ਕਿਸਾਨ ਹੀ ਹੈ ਹੋਰ ਕੋਈ ਨਹੀਂ ਹੈਗਾ ਹਰੇਕ ਕਿਸਾਨ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਜ਼ਰੂਰ ਜੁੜਿਆ ਹੋਇਆ ਹੈ ਕਈ ਮੈਂ ਤੁਹਾਨੂੰ ਪਿੰਡਾਂ ਦੀ ਪਿੰਡ ਲੈਵਲ ਦੀ ਗੱਲ ਦੱਸਦਾ ਵੀ 80% ਕਿਸਾਨ ਉਹਨਾਂ ਨੂੰ ਪਤਾ ਹੈ ਵੀ ਸਾਡੇ ਨਾਲ ਅੱਗੇ ਕੀ ਹੋਣਾ ਤਾਂ ਉਹ ਆਪਦੀ ਸ਼ਮੂਲੀਅਤ ਦਿੰਦੇ ਨੇ ਪਹੁੰਚਦੇ ਨੇ ਸਿਰਫ ਕੁਛ ਕੁ ਪਰਸੈਂਟ ਕਿਸਾਨ ਹੈ ਜਿਹੜੇ ਉਹ ਕਿਸਾਨ ਨਹੀਂ ਆਪਾਂ ਉਹਨਾਂ ਨੂੰ ਕਹੋ ਵੱਡੇ ਜ਼ਿਮੀਂਦਾਰ ਜੋ ਕਿਸੇ ਨਾ ਕਿਸੇ ਰਾਜਨੀਤਿਕ ਲੀਡਰ ਦੇ ਦਬਾਅ ਦੇ ਥੱਲੇ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਉਹ ਫਿਰ ਵੀ ਹੁਣ ਸਾਡੇ ਪਿੰਡ ਦੇ ਪੰਚਾਇਤ ਆ ਜਾਓ ਸਾਨੂੰ ਬੈਕ ਤੋਂ ਸਪੋਰਟ ਜ਼ਰੂਰ ਕਰਦੇ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਈ ਬੰਦੇ ਤਾਂ ਇਸ ਕਰਕੇ ਤੁਸੀਂ ਦੇਖੋਗੇ ਹੁਣ ਕਿਸਾਨ ਵੀ ਪਹੁੰਚਣਗੇ ਅੱਗੇ ਅੱਗੇ ਜਿਵੇਂ ਜਿਵੇਂ ਅੰਦੋਲਨ ਤਿੱਖਾ ਹੁੰਦਾ ਜਾਊਗਾ ਕਿਸਾਨ ਵੱਧ ਤੋਂ ਵੱਧ ਪਹੁੰਚਿਆ ਕਰਨਗੇ ਰਮੇ ਜੀ ਇੱਕ ਗੱਲ ਦੱਸੋ ਤੁਸੀਂ ਜਿਹੜੇ ਇੱਥੇ ਦੇ MLA ਹਨ ਦਵਿੰਦਰ ਬਬਲੀ ਉਹਨਾਂ ਨੂੰ ਵੀ ਕਾਲੇ ਝੰਡੇ ਦਿਖਾਏ ਅਤੇ BJP ਕੇ ਪੂਰਵ ਅਧਿਅਕਸ਼ ਹੈ ਜਿਹੜਾ ਪ੍ਰੋਗਰਾਮ ਸੀ ਉਦੋਂ ਵੀ ਆਪਣੇ ਕਾਲੇ ਝੰਡੇ ਦਿਖਾਏ ਅਤੇ JJP ਦੇ ਅਧਿਅਕਸ਼ ਹੈ ਨਿਸ਼ਾਨ ਸਿੰਘ ਉਹਨਾਂ ਵੱਲੋਂ ਆਪਕਾ ਮਤਲਬ ਨਾ ਤਾਂ ਕੋਈ ਬਿਆਨ ਆਇਆ ਨਾ ਕੋਈ ਇੱਦਾਂ ਦੇ ਸਵਾਲ ਉੱਠ ਰਹੇ ਨੇ ਕਿ ਕਈ ਐਸਾ ਤਾਂ ਨਹੀਂ ਕਿ ਨਿਸ਼ਾਨ ਸਿੰਘ ਕੋ ਇਸਮੇ ਅਲੱਗ ਕੀਆ ਗਿਆ ਕਿ ਆਪ ਉਹਨਾਂ ਕੋ ਕਿਉਂ ਨਹੀਂ ਕਿਉਂਕਿ ਉਹ ਵੀ ਤਾਂ ਸਰਕਾਰ ਮੇਂ ਹੈ ਕੋਈ ਗੱਲ ਨਹੀਂ ਜੀ ਜਦੋਂ ਨਿਸ਼ਾਨ ਸਿੰਘ ਜੀ ਕਿਤੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਅਸੀਂ ਵਿਰੋਧ ਕਰਾਂਗੇ ਜੋ ਕਿਸਾਨਾਂ ਦੇ ਹੱਕ 'ਚ ਖੜਨਗੇ ਤਾਂ ਅਸੀਂ ਵਿਰੋਧ ਨਹੀਂ ਕਰਦੇ ਜੇ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਖੜਦੇ ਉਹਨਾਂ ਦੀ ਪਾਰਟੀ ਨਹੀਂ ਖੜ ਰਹੀ ਤਾਂ ਉਹਨਾਂ ਦਾ ਹੀ ਵਿਰੋਧ ਕਰਾਂਗੇ ਸਾਡਾ ਕਿਸੇ ਨਾਲ ਚਾਹੇ ਉਹ ਕੱਲ੍ਹ ਨੂੰ ਕੋਈ ਕਾਂਗਰਸ ਦੇ ਇੱਥੇ ਆਪਣੇ ਕੈਂਡੀਡੇਟ ਸੀ ਪਰਮਵੀਰ ਸਿੰਘ ਜੀ ਤਾਂ ਜੇ ਉਹ ਕਿਸਾਨਾਂ ਦੇ ਨਾਲ ਨਾ ਤੁਰਨਗੇ ਤਾਂ ਉਹਨਾਂ ਦਾ ਵੀ ਵਿਰੋਧ ਕਰਾਂਗੇ ਸਾਨੂੰ ਕਿਸੇ ਲੀਡਰ ਨਾਲ ਕੋਈ ਅਸੀਂ ਕਿਸੇ ਤੋਂ ਦਾਣੇ ਨਹੀਂ ਲੈ ਕੇ ਖਾਣੇ ਹੈਗੇ ਠੀਕ ਹੈ ਸਭ ਆਪਦੇ ਖੇਤਾਂ 'ਚ ਕੰਮ ਕਰਦੇ ਆ ਕੰਮ ਕਰਕੇ ਆਪਦਾ ਪੇਟ ਪਾਲੀ ਜਾਂਦੇ ਆ ਸਾਨੂੰ ਕਿਸੇ ਰਾਜਨੀਤਿਕ ਬੰਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਜੋ ਕਿਸਾਨਾਂ ਦੇ ਨਾਲ ਖੜੂਗਾ ਅਸੀਂ ਉਹਦੇ ਨਾਲ ਖੜਾਂਗੇ ਜਿਹੜਾ ਕਿਸਾਨਾਂ ਦੇ ਖਿਲਾਫ ਚੱਲੂਗਾ ਅਸੀਂ ਜਿੰਨਾ ਸ਼ਾਂਤੀਪੂਰਨ ਤਰੀਕੇ ਨਾਲ ਅਸੀਂ ਆਪਦਾ ਵਿਰੋਧ ਦਰਜ ਕਰਾਵਾਂਗੇ ਜੀ ਧੰਨਵਾਦ ਜੀ ਤੋਂ ਇਹ ਸਾਡੇ ਨਾਲ ਸੇ ਰਮਨਦੀਪ